ਆਮ ਆਦਮੀ ਕਲੀਨਿਕ ਅੰਮ੍ਰਿਤਸਰ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿਚ ਆਮ ਆਦਮੀ ਕਲੀਨਿਕ ਵਿਚ ਕੰਮ ਕਰਨ ਵਾਲਿਆਂ ਸਫ਼ਾਈ ਕਰਮਚਾਰੀਆਂ ਅਤੇ ਹੈਲਪਰਾਂ ਨੂੰ ਪਿਛਲੇ 4 ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਨੇ, ਜਿਸ ਦੇ ਚਲਦੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋਇਆ ਪਿਆ ਏ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਤਾਂ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ ਕਿ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਮੁਲਾਜ਼ਮਾਂ ਨੇ ਕਿਹਾ ਕਿ ਸੂਬਾ ਸਰਕਾਰ ਦੀ ਅਣਦੇਖੀ ਦੇ ਚਲਦਿਆਂ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਏ, ਕਿਉਂ ਜੋ ਉਹ ਲੋਕਾਂ ਵੱਲੋਂ ਪੈਸੇ ਫੜ ਫੜ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਨੇ, ਪਰ ਅਜਿਹਾ ਕਿੰਨੀ ਦੇਰ ਤੱਕ ਚੱਲੇਗਾ। ਮੁਲਾਜ਼ਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਫ੍ਰੀ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਉਣ ਦਾ ਦਾਅਵਾ ਤਾਂ ਕਰ ਰਹੀ ਏ, ਪਰ ਇੱਥੇ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਤਨਖਾਹਾਂ ਦਿੱਤੀਆਂ ਜਾਣ ਤਾਂ ਜੋ ਆਪਣੇ ਘਰਾਂ ਦਾ ਗੁਜ਼ਾਰਾ ਕਰ ਸਕਣ। ਸੰਘਰਸ਼ ਕਰ ਰਹੇ ਮੁਲਾਜ਼ਮਾਂ ਨੇ ਕਿਹਾ ਕਿ ਜੇ ਉਹਨਾਂ ਨੂੰ ਪਿਛਲੇ 4 ਮਹੀਨਿਆਂ ਦੀਆਂ ਬਣਦੀਆਂ ਤਨਖਾਹਾਂ ਨਾ ਦਿੱਤੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਸੂਬਾ ਸਰਕਾਰ ਦੇ ਖਿਲਾਫ਼ ਧਰਨੇ ਅਤੇ ਪ੍ਰਦਰਸ਼ਨ ਹੋਰ ਤੇਜ਼ ਕਰ ਦੇਣਗੇ। ਤੇ ਸਰ, ਸਾਡੀ ਨਵੰਬਰ ਦਸੰਬਰ ਜਨਵਰੀ 3 ਮਹੀਨੇ ਹੋ ਗਏ ਆ ਸੈਲਰੀ ਨਹੀਂ ਆਈ, ਤੇ ਸੈਲਰੀ ਵੀ ਕੁਛ ਜ਼ਿਆਦਾ ਨਹੀਂ ਆ, 9000 ਸਮਥਿੰਗ ਹੈਗੀ ਆ, ਤੇ ਉਹ ਵੀ ਪ੍ਰੋਪਰਲੀ ਦੇ ਰਹੇ ਸਰਕਾਰ, ਤੇ ਜੇ ਸਾਡੇ ਬੰਦੇ ਇੰਪਲੋਈ ਚੰਡੀਗੜ੍ਹ ਗਏ ਕਹਿੰਦੇ ਚੰਡੀਗੜ੍ਹ ਜਾ ਕੇ ਗੱਲ ਕਰਨੀ ਪੈਣੀ ਆ। ਸਮੱਸਿਆ ਸਰ ਇਹ ਹੈਗੀ ਆ, 4 ਮਹੀਨੇ ਆ ਤੁਹਾਨੂੰ, 4 ਮਹੀਨਾ ਲੱਗ ਗਿਆ ਵਾ, ਮਤਲਬ ਸਾਡੀ 3 ਮਹੀਨੇ ਆ ਜੋ ਸੈਲਰੀ ਨਹੀਂ ਆ ਰਹੀ, ਸਾਨੂੰ ਗੁੰਮਰਾਹ ਕੀਤਾ ਜਾ ਰਿਹਾ, ਕਦੀ ਇੱਧਰ ਧੱਕੇ ਖਾ, ਕਿਸੇ ਇਹ ਦਫ਼ਤਰ ਦੇ ਧੱਕੇ ਖਾ, ਕਦੀ ਉਹ ਦਫ਼ਤਰ ਦੇ ਧੱਕੇ ਖਾ, ਕਦੀ ਚੰਡੀਗੜ੍ਹ ਧੱਕੇ ਖਾ, ਅਸੀਂ NHM ਤੱਕ ਧੱਕੇ ਖਾ ਕੇ ਅਸੀਂ ਹਾਰ ਕੇ ਅੱਜ ਤੁਹਾਨੂੰ ਕਿ ਪ੍ਰੈਸ ਆਈ ਆਪਾਂ ਰੂਬਰੂ ਹੋਏ ਹਾਂ। ਸਰਕਾਰ ਕੋ ਇਹੀ ਮੰਗ ਕਰਦੇ ਆ ਹੱਥ ਜੋੜ ਕੇ ਕਿ ਸਾਡੀ ਸੈਲਰੀ ਸਰ ਟਾਈਮ ਤੋਂ ਟਾਈਮ ਦਿੱਤੀ ਜਾਵੇ, 1 ਤਰੀਕ ਸਰ ਸਾਡਾ ਮਿੱਥੀ ਜਾਵੇ। ਕਹਿ ਲਓ ਕਿ ਘਰ ਦੇ ਕੁਛ ਵੀ ਖਰਚੇ ਹੋਣ, ਘਰ ਦੇ ਤੋਂ ਵੀ ਕਿੰਨਾ ਕੁ ਹੱਥ ਖੜੇ ਹੋ ਗਏ ਉਹਨਾਂ ਦੇ ਵੀ, ਸਾਡੇ ਵੀ ਹੁਣ ਹੱਥ ਖੜੇ, ਕਿੰਨਾ ਤੋਂ ਸਰ ਪੈਸੇ ਫੜ ਫੜ ਤੇ ਗੁਜ਼ਾਰਾ ਕਰ ਰਹੇ ਸਰ, ਠੀਕ ਹੈ, ਕਦੇ ਕਿਸੇ ਪੈਸੇ ਫੜ ਫੜ ਗੁਜ਼ਾਰਾ ਕਰ ਰਹੇ, ਨੁਕਸਾਨ ਸਰ ਕਹਿ ਲਓ 3 ਮਹੀਨੇ ਦੇ ਵਿੱਚ ਵੀ 9000 ਰੁਪਈਏ ਤੇ ਫਿਊਲ ਖਰਚਾ ਹੀ, ਕਿਉਂਕਿ ਕਿਰਾਏ ਨਹੀਂ ਮਾਨਸੋ, 2-1.5 ਕਿਰਾਇਆ ਲੱਗ ਜਾਂਦਾ ਬੰਦੇ ਜੀ। ਨੈਕਸਟ ਸਟੈਪ ਸਰ ਹੁਣ ਦੇਖੋ, ਜੇ ਆਪਾਂ ਤੇ ਇਹੀ ਰੋਸ਼ੀ ਕਰਦੇ ਫਿਰ ਅੱਗੇ ਦੱਸਾਂਗੇ ਜੀ ਕੀ ਹੈ ਕੀ ਨਹੀਂ, ਜੇ ਕੋਈ ਸਰਕਾਰ ਨਹੀਂ ਸਾਡਾ ਹੱਥ ਫੜ ਰਹੀ ਤਾਂ।